ਹਾਂਜੀ ਜਹਿਦਾ ਜੀ ਐਸਆਈਟੀ ਤੇ ਸੀਬੀਆਈ ਆਮੋ ਸਾਹਮਣੇ ਕਿਉਂ ਹੋ ਗਈ? ਦੇਖੋ ਰਘਵੀਰ ਸਿੰਘ ਜੀ, ਜਦੋਂ 2015 ਦੇ ਵਿੱਚ ਬੇਅਦਬੀ ਕਾਂਡ ਵਾਪਰਿਆ ਨਾ, ਹਾਂਜੀ, ਉਸ ਵੇਲੇ ਪੂਰਾ ਪੰਜਾਬ ਸੜਕਾਂ ਤੇ ਸੀ ਤੇ ਪੂਰੇ ਸੰਸਾਰ ਵਿੱਚ ਰੋਸ ਸੀਗਾ। ਠੀਕ ਹੈ। ਉਸ ਵੇਲੇ ਅਕਾਲੀ ਦਲ ਬਾਦਲ ਤੇ ਬੀਜੇਪੀ ਦੀ ਸਰਕਾਰ ਸੀ ਪੰਜਾਬ। ਠੀਕ ਹੈ। ਉਸ ਵੇਲੇ ਜਦੋਂ ਇੰਨਾ ਜ਼ਿਆਦਾ ਰੋਸ ਸੀਗਾ ਕਿ ਬੇਅਦਬੀ ਦੇ ਦੋਸ਼ੀ ਜਿਹੜੇ ਆ ਕਿਉਂ ਨੀ ਉਹਨਾਂ ਦਾ ਪਤਾ ਲੱਗ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਨੀ ਲੱਭ ਰਹੇ, ਆਖਿਰ ਸਵੇਰ ਦੇ 10:30 ਵਜੇ ਇੱਕ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਹੋ ਜਾਂਦੇ ਆ। ਦੂਜੀਆਂ ਸੜਕਾਂ ਜਾਂਦੀਆਂ ਨੇ, ਸੜਕਾਂ ਦੇ ਉੱਪਰ ਜਿਹੜੇ ਆਪਣਾ ਟੋਲ ਪਲਾਜ਼ਾ ਲੱਗੇ ਹੋਏ ਆ ਉਹਨਾਂ ਤੇ ਵੀਡੀਓ ਕੈਮਰੇ ਲੱਗੇ ਹੋਏ ਬਕਾਇਦਾ ਰਿਕਾਰਡਿੰਗ ਦੇ। ਠੀਕ ਹੈ। ਇਹਨਾਂ ਰਾਹਾਂ ਤੋਂ ਲੰਘ ਕੇ ਹੀ ਕਿਤੇ ਜਿਹੜੇ ਆ ਉਹ ਦੋਸ਼ੀ ਆ ਉਹ ਗਏ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ, ਤਾਂ ਉਹ ਕਿਉਂ ਨੀ ਲੱਭ ਰਹੇ ਜਦੋਂ ਸਾਰਾ ਪੰਜਾਬ ਸੜਕਾਂ ਤੇ ਸੀਗੇ, ਸਾਰੇ ਜਿਹੜੇ ਮੇਨ ਵੱਡੇ ਪੁਲ ਸੀ ਜਿਵੇਂ ਹਰੀਕੇ ਪੱਤਣ ਉੱਧਰ ਬਿਆਸਾ ਵਾਲਾ ਪੁਲ ਸਾਰੇ ਹੀ ਜਾਮ ਕੀਤੇ, ਮਾਝੇ ਮਾਲਵੇ ਦਾ ਵੀ ਆਪਸ ਵਿੱਚ ਸੰਬੰਧ ਤਾਲਮੇਲ ਟੁੱਟਿਆ ਹੋਇਆ ਸੀਗਾ। ਜਿਹੜੀਆਂ ਸੰਗਤਾਂ ਬਰਗਾੜੀ ਆਉਂਦੀਆਂ ਸੀ ਉਹ ਤਾਂ ਪੁੱਜ ਜਾਂਦੀਆਂ ਸੀ, ਬਾਕੀ ਕਿਸੇ ਨੂੰ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਜਿਹੜਾ ਸੀਗਾ ਨਾ ਉਹ ਬੜਾ ਮੁਸ਼ਕਲ ਸੀਗਾ। ਔਰ ਜਿਹੜੀ ਪੰਜਾਬ ਸਰਕਾਰ ਸੀ, ਇਹਨਾਂ ਦੇ ਮੰਤਰੀ, ਸੰਤਰੀ, ਮੁੱਖ ਮੰਤਰੀ, ਹੋਮ ਮੰਤਰੀ, ਇਹ ਸਾਰੇ ਚੰਡੀਗੜ੍ਹ ਚ ਜਾਮ ਹੋ ਗਏ ਸੀ। ਇਹਨਾਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ 10 ਦਿਨ ਪੰਜਾਬ ਦੀਆਂ ਸੜਕਾਂ ਤੇ ਨਹੀਂ ਸੀ ਨਿਕਲੀਆਂ। ਠੀਕ ਹੈ। ਉਸ ਵੇਲੇ ਜਦੋਂ ਇੰਨਾ ਰੋਸ ਸੀ ਨਾ, ਤੇ ਉਦੋਂ ਜਿਹੜੇ ਅਸੀਂ ਸੰਘਰਸ਼ ਕਰ ਰਹੇ ਸੀ ਸਾਰੀਆਂ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਖ ਪ੍ਰਚਾਰਕ, ਤੇ ਉਹ ਸਾਰਿਆਂ ਦੀ ਇੱਕੋ ਮੰਗ ਸੀ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਹਮਣੇ ਲਿਆਓ, ਦੋਸ਼ੀ ਸਾਹਮਣੇ ਲਿਆਓ, ਪੰਜਾਬ ਸਰਕਾਰ ਜਿਹੜੇ ਆ ਉਹ ਇਨਸਾਫ ਦੇਵੇ। ਤਾਂ ਉਸ ਵੇਲੇ ਤੁਹਾਨੂੰ ਪਤਾ ਵਾ ਕਿ ਜਿਸ ਵੇਲੇ ਉਹਨਾਂ ਦੋ ਸਿੰਘਾਂ ਦਾ ਜਿਹੜੇ ਸ਼ਹੀਦ ਹੋ ਗਏ ਸੀ ਬਹਿਬਲ ਕਲਾਂ ਗੋਲੀਕਾਂਡ ਚ, ਉਹਨਾਂ ਦੇ ਭੋਗ ਦੇ ਉੱਪਰ ਵੱਡੀ ਗਿਣਤੀ ਚ ਸੰਗਤਾਂ ਇਕੱਤਰ ਹੋਈਆਂ ਸੀ। ਉਦੋਂ ਬਾਅਦ ਜਿਹੜੇ ਧਰਨੇ ਸੀ ਉਹ ਉਠਾ ਦਿੱਤੇ ਸੀ, ਤਾਂ ਫਿਰ ਇੱਕ ਦਿਨ ਜਿਹੜਾ ਪ੍ਰੋਗਰਾਮ ਵਿਖਿਆ ਗਿਆ ਸੀਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਪ੍ਰਚਾਰਕਾਂ ਵੱਲੋਂ, ਸਿੱਖ ਸੰਤਾਂ ਵੱਲੋਂ ਖੂਨ ਦਾ ਪਿਆਲਾ ਭੇਟ ਕਰਨਾ। ਮੈਂ ਕਹਿ ਰਿਹਾ ਸੀਗਾ ਕਿ ਜਿਸ ਵੇਲੇ ਸਾਰਾ ਸੰਘਰਸ਼ ਰੂਹ ਚੱਲ ਰਿਹਾ ਸੀ, ਤਾਂ ਉਦੋਂ ਆਪਣੇ ਗਲੋਂ ਗਲਾਵਾਂ ਲਾਉਣ ਵਾਸਤੇ ਬਾਦਲ ਬੀਜੇਪੀ ਸਰਕਾਰ ਨੇ ਇਹ ਜਿਹੜਾ ਸਾਰਾ ਜਿਹੜਾ ਸੀ ਉਹ ਸੀਬੀਆਈ ਦੇ ਪਾਲੇ ਚ ਗੇਂਦ ਸਿੱਟ ਦਿੱਤੀ ਸੀ ਕਿ ਸੀਬੀਆਈ ਜਾਂਚ ਕਰੂਗੀ। ਹਾਲਾਤ ਉਦੋਂ ਇਹ ਬਣ ਗਏ ਸੀ, ਤੁਹਾਨੂੰ ਪਤਾ ਕਿ ਕੋਈ ਵੀ ਮੰਤਰੀ, ਇੱਥੋਂ ਤੱਕ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵੀ ਪੰਜਾਬ ਚ ਪੈਰ ਨਹੀਂ ਸੀ ਪਾ ਸਕਦਾ। ਠੀਕ ਹੈ। ਮੈਨੂੰ ਯਾਦ ਆ ਕਿ ਕੋਟ ਧਰਮੂ ਪਿੰਡ ਹੈ ਮਾਨਸਾ ਦੇ ਨੇੜੇ, ਗੁਰਦੁਆਰਾ ਸੁਖੜੀਸਰ ਸਾਹਿਬ ਆ ਨੌਵੇਂ ਪਾਤਸ਼ਾਹ ਦਾ, ਉੱਥੇ ਸੁਖਬੀਰ ਬਾਦਲ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਉੱਤੇ ਆਇਆ ਸੀ, ਤੇ ਰੋਡ ਬਲੋਕ ਸੀ, ਹੈਲੀਕਾਪਟਰ ਰਾਹੀਂ ਗੁਰਦੁਆਰੇ ਦੇ ਪਿਛਲੇ ਪਾਸੇ ਸਕੂਲ ਚ ਉਤਰਿਆ, ਤੇ ਸਕੂਲ ਤੋਂ ਉਤਰ ਕੇ ਸਕੂਲ ਦੀ ਤੇ ਗੁਰਦੁਆਰੇ ਦੀ ਕੰਧ ਸਾਂਝੀ ਸੀ, ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚ ਸੀ, ਤਾਂ ਉਹਦੀ ਕੰਧ ਪਾੜ ਕੇ ਉਹਦੇ ਚ ਮੋਰਾ ਕਰਕੇ ਸੁਖਬੀਰ ਬਾਦਲ ਉੱਥੋਂ ਦੀ ਲੰਘ ਕੇ ਗਿਆ ਸੀਗਾ ਗੁਰਦੁਆਰੇ। ਏਦਾਂ ਦੇ ਹਾਲਾਤ ਸੀ। ਉਸ ਵੇਲੇ ਸੀਬੀਆਈ ਨੇ ਜਿਹੜਾ ਸੀਗਾ ਸੀਬੀਆਈ ਨੂੰ ਜਾਂਚ ਦੇ ਦਿੱਤੀ ਸੀ, ਤਾਂ ਉਸ ਵੇਲੇ ਤੋਂ ਤੁਹਾਨੂੰ ਪਤਾ ਕਿ ਜਿਸ ਵੇਲੇ ਸੀਬੀਆਈ ਜਾਂਚ ਕਰ ਰਹੀ ਸੀ, ਤਾਂ ਕੈਪਟਨ ਸਰਕਾਰ ਨੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀਗਾ। ਜਿਸ ਵੇਲੇ ਜਸਟਿਸ ਰਣਜੀਤ ਸਿੰਘ ਨੇ ਆਪਣੀ ਜਾਂਚ ਕਮਿਸ਼ਨ ਨੇ ਰਿਪੋਰਟ ਸਬਮਿਟ ਕੀਤੀ ਸੀ 30 ਜੂਨ ਨੂੰ, ਉਸ ਤੋਂ ਬਾਅਦ 27 ਤੇ 28 ਅਗਸਤ ਦੋ ਆਪਣਾ ਜਦੋਂ ਮੋਰਚਾ ਲੱਗਿਆ ਹੋਇਆ ਸੀ, ਤਾਂ ਉਸ ਵੇਲੇ ਉਹਨਾਂ ਨੇ 2018 ਦੇ ਵਿੱਚ ਆਪਣੀ ਰਿਪੋਰਟ ਵਿਧਾਨ ਸਭਾ ਦੇ ਦਿੱਤੀ। ਵਿਧਾਨ ਸਭਾ ਚ ਟੇਬਲ ਹੋਈ, ਉਹਦੇ ਤੇ ਬਹਿਸ ਹੋਈ, ਤੇ ਉਦੋਂ ਫਿਰ ਇੱਕ ਸਿੱਟ ਬਣੀ ਸੀ ਕੁੰਵਰ ਵਿਜੇ ਪ੍ਰਤਾਪ ਵਾਲੀ, ਕੁੱਝ ਹੋਰ ਅਫਸਰ ਵੀ ਸੀ, ਉਹ ਪਿਛਾਂਹ ਹਟ ਗਏ ਸੀ, ਔਰ ਕੁੰਵਰ ਵਿਜੇ ਪ੍ਰਤਾਪ ਅੱਜ ਤੱਕ ਜਾਂਚ ਕਰ ਰਿਹਾ ਬਹਿਬਲ ਕਾਂਡ, ਗੋਲੀ ਕਾਂਡ ਤੇ ਕੋਟਕਪੂਰਾ ਕਾਂਡ ਦੀ। ਹਾਂਜੀ। ਦੂਸਰੇ ਪਾਸੇ ਜਿਹੜਾ ਸੀਗਾ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਲਈ ਸਰਕਾਰ ਨੇ ਕਿਹਾ ਹੋਇਆ ਸੀ, ਉਹਨਾਂ ਤੋਂ ਕੇਸ ਵਾਪਸ ਲੈ ਲਿਆ, ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਦੁਬਾਰਾ ਜਿਹੜੀ ਰਣਵੀਰ ਸਿੰਘ ਖੱਟੜਾ DIG ਵਾਲੀ ਸਿੱਟ ਹੈ ਇਹਨੂੰ ਦੁਬਾਰਾ ਜਾਂਚ ਦੇ ਦਿੱਤੀ ਸੀ ਕਿ ਤੁਸੀਂ ਜਿਹੜਾ ਹੈਗਾ ਇਹਦੀ ਜਾਂਚ ਕਰੋ ਬੇਅਦਬੀ ਕਾਂਡ ਦੀ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਜਾਂ ਜਿਹਨਾਂ ਦੀ ਬੇਅਦਬੀ ਜਿਹੜੀ ਬਾਅਦ ਵਿੱਚ ਧਮਕੀ ਭਰੇ ਪੋਸਟਰ ਲੱਗੇ ਸੀਗੇ ਤੇ ਫਿਰ ਗੁਰੂ ਸਾਹਿਬ ਦੇ ਅੰਗ ਬਰਗਾੜੀ ਗਲੀਆਂ ਚ ਖਿਲਾਰੇ ਸੀ, ਇਹ 3 ਕੇਸ ਜਿਹੜੇ ਆ ਤੇ ਨਾਲ
ਮਲਕੇ ਕਾਂਡ ਆ ਜਿਹੜਾ ਬੇਅਦਬੀ ਕਾਂਡ ਤੇ ਗੁਰੂਸਰ ਭਗਤੇ ਦਾ ਜਿਹੜਾ ਕਾਂਡ ਸੀਗਾ ਉਹ ਵੀ ਇਹ ਜਾਂਚ ਜਿਹੜੀ ਆ ਉਹ DIG ਰਣਵੀਰ ਸਿੰਘ ਖੱਟੜਾ ਦੇ ਕੋਲ ਆ। ਠੀਕ ਹੈ। ਜਿਸ ਵੇਲੇ ਇਹਨਾਂ ਨੇ ਰਣਵੀਰ ਸਿੰਘ ਖੱਟੜਾ ਨੇ ਜਦੋਂ ਬਰਗਾੜੀ ਦਾ ਮੋਰਚਾ ਚੱਲ ਰਿਹਾ ਸੀ ਉਸ ਵੇਲੇ 9 ਤਰੀਕ ਨੂੰ ਮਹਿੰਦਰਪਾਲ ਬਿੱਟੂ ਨੂੰ ਹਿਮਾਚਲ ਚੋਂ ਖੜ ਕੇ ਲਿਆਂਦਾ ਸੀਗਾ। ਠੀਕ ਹੈ। ਪਰ ਇਹ ਜਿਹੜਾ ਮਹਿੰਦਰਪਾਲ ਬਿੱਟੂ ਸੀਗਾ ਇਹਨੂੰ ਮੋਗਾ ਦੇ ਵਿੱਚ ਜਿਹੜਾ ਸਾੜ ਫੂਕ ਕੀਤਾ ਸੀ ਡੇਰੇ ਸਰਸੇ ਵਾਲੇ ਦੇ ਪੈਰੋਕਾਰਾਂ ਨੇ ਇੱਕ ਕਿਸੇ ਕੇਸ ਦੇ ਵਿੱਚ ਤਾਂ ਉਸ ਕੇਸ ਦੇ ਵਿੱਚ ਇਹਨੂੰ ਇਨਵੋਲਵ ਕੀਤਾ ਸੀ ਉਸ ਕੇਸ ਦੇ ਵਿੱਚ ਇਹਨੂੰ ਅਰੈਸਟ ਪਾਈ ਸੀਗੀ। ਅੱਛਾ ਜੀ। ਜਿਸ ਵੇਲੇ ਉਹਨੂੰ ਇੰਟੈਰੋਗੇਟ ਕੀਤਾ ਸਾਰਾ ਕੁਛ ਪੁੱਛਿਆ ਤੇ ਉਸ ਦੇ ਵਿੱਚ ਇਹ ਜਿਹੜਾ ਸੀਗਾ ਆਪਣੀ ਜਿਹੜਾ ਸੀ ਸਾਰੀ ਉਹਨੇ ਗਲਤੀ ਕਬੂਲੀ ਜੋ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਬੇਅਦਬੀ ਕੀਤੀ। ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਇਹਨੇ ਖੁਦ ਆਪਣੀ ਇੱਛਾ ਅਨੁਸਾਰ ਜਦੋਂ ਜੇਲ੍ਹ ਵਿੱਚ ਬੰਦ ਸੀ ਮੋਗਾ ਕਾਂਡ ਦੇ ਵਿੱਚ ਤਾਂ ਉਹਨੇ ਜੇਲ੍ਹ ਸੁਪਰਡੈਂਟ ਨੂੰ ਇੱਕ ਚਿੱਠੀ ਲਿਖੀ ਸੀ ਕਿ ਮੈਂ ਆਪਣਾ ਕੁਝ ਬਿਆਨ ਕਰਨਾ ਚਾਹੁੰਦਾ ਜੱਜ ਦੇ ਸਾਹਮਣੇ ਤੇ ਮੈਨੂੰ ਇਜਾਜ਼ਤ ਦਿੱਤੀ ਜਾਵੇ ਮੈਨੂੰ ਮੈਜਿਸਟ੍ਰੇਟ ਦੇ ਸਾਹਮਣੇ ਲਿਜਾਇਆ ਜਾਵੇ ਮੈਂ ਉੱਥੇ ਆਪਣਾ ਬਿਆਨ ਦਰਜ ਕਰਾਉਣਾ ਚਾਹੁੰਦਾ ਮੇਰੇ ਮਨ ਤੇ ਬੁੱਕ ਗਿਆ। ਅੱਛਾ ਜੀ। ਮਹਿੰਦਰਪਾਲ ਬਿੱਟੂ ਜਿਹੜਾ ਡੇਰੇ ਸਰਸੇ ਦਾ ਮੁੱਖ ਸਰਗਣਾ ਸੀਗਾ ਪੰਜਾਬ ਦੇ ਵਿੱਚ ਜਿਸ ਨੂੰ ਸੁਖਬੀਰ ਬਾਦਲ ਨੇ ਸਕੌਟ ਦਿੱਤੀ ਹੋਈ ਸੀ ਬਕਾਇਦਾ ਉਹਨੂੰ ਪੁਲਿਸ ਫੋਰਸ ਦਿੱਤੀ ਹੋਈ ਸੀ ਤੇ ਬਕਾਇਦਾ ਉਹਦੇ ਅਸਲਾ ਲਾਇਸੈਂਸ ਵੀ ਸੁਖਬੀਰ ਬਾਦਲ ਨੇ ਜਾਰੀ ਕੀਤੇ ਸੀ ਤੇ ਇੱਕ ਮੰਤਰੀ ਜਿੰਨਾ ਰੋਹਬ ਸੀ ਉਹਦਾ। ਅੱਛਾ ਜੀ। ਉਹ ਫਰੀਦਕੋਟ ਦੇ ਵਿੱਚ DCSSP ਨੂੰ ਕੁੱਝ ਨਹੀਂ ਸੀ ਸਮਝਦਾ ਆਪਦੀ ਕੋਠੀ ਸੱਦ ਕੇ ਕੰਮ ਕਰਾਉਂਦਾ ਸੀ ਇੰਨਾ ਰੋਹਬ ਸੀ ਕਿਉਂਕਿ ਉਹ ਵੋਟਾਂ ਵੇਲੇ ਜਿਹੜਾ ਸੀਗਾ ਡੇਰੇ ਸਰਸੇ ਵਾਲੇ ਤੋਂ ਵੋਟਾਂ ਇੱਧਰ ਭੁਗਤਾਉਂਦਾ ਸੀਗਾ ਅਕਾਲੀ ਦਲ ਬਾਦਲ ਵਾਲੇ ਪਾਸੇ।